ਤੂੰ ਜੈ ਤੂੰ ਤੂੰ ਹਨੂਮਾਨ ਬਣਿਆ ਨਾ ਆਰਾਮ ਦਾ ਭਗਤ ਹੈ ਨਾ ਤੂੰ ਇੱਕ ਵਾਰੀ ਇਹ ਦੱਸ ਦੇ ਰਾਮ ਦੇ ਡੈਡੀ ਦਾ ਨਾਮ ਕੀ ਸੀ ਪਿਓ ਦਾ ਨਾਮ ਦੱਸ ਦੇ ਫਿਰ ਤੂੰ ਹਨੂੰਮਾਨ ਕਹਦਾ ਆਪਾਂ ਤੇ ਰੋਲ ਦਿਖਾਣੇ ਰੋਲ ਕਾਹਦਾ ਦਿਖਾਣਾ ਨਹੀਂ ਮੈਂ ਤਾਂ ਆਪਾਂ ਜੋਗੀ ਆ ਆ ਵੇਖੋ ਜੀ ਕਹਿੰਦਾ ਮੈਂ ਹਨੂੰਮਾਨ ਬਣਿਆ ਮੈਂ ਕਹਿੰਦਾ ਮੈਂ ਰਾਮ ਦਾ ਭਗਤ ਆ ਮੈਂ ਕਿਹਾ ਰਾਮ ਦੇ ਡੈਡੀ ਦਾ ਨਾਮ ਦੱਸਦੇ ਰਾਮ ਦੇ ਡੈਡੀ ਦਾ ਨਹੀਂ ਨਾਮ ਪਤਾ ਤੂੰ ਆ ਦੱਸ ਜੀ ਆਪਾਂ ਜੋਗੀ ਆ ਨਹੀਂ ਮੈਂ ਤੈਨੂੰ ਇਹ ਨਹੀਂ ਕਹਿੰਦਾ ਮੈਂ ਪੈਸੇ ਦੇਵਾਂਗਾ ਮੈਂ ਇਹ ਨਹੀਂ ਕਹਿੰਦਾ ਤੈਨੂੰ ਸਾਰਾ ਕੁਝ ਮਿਲੂਗਾ ਤੂੰ ਮੈਨੂੰ ਇਹ ਦੱਸ ਦੇ ਰਾਮ ਦੇ ਡੈਡੀ ਦਾ ਨਾਮ ਕੀ ਫਿਰ ਤੂੰ ਰਾਮ ਦਾ ਭਗਤ ਕਹਦਾ ਹੋਇਆ ਬਾਕੀ ਤੈਨੂੰ ਪਤਾ ਆਪਾਂ ਦਾ ਸਾਰ ਬਣ ਨਹੀਂ ਇਹ ਚੱਲ ਇਹਨਾਂ ਦਾ ਤੇ ਰਾਮ ਕਿੱਥੇ ਰਹਿੰਦਾ ਸੀ ਜੰਮਿਆ ਕਿੱਥੇ ਸੀ ਹਨੂੰਮਾਨ ਕਿੱਥੇ ਜੰਮਿਆ ਸੀ ਚੱਲ ਹਨੂੰਮਾਨ ਦੇ ਚਾਰ ਨਾਂ ਦੱਸ ਕਿਹੜੇ ਕਿਹੜੇ ਆ ਹਨੂੰਮਾਨ ਦੇ ਚਾਰ ਨਾਂ ਦੱਸ ਬਾਬੂ ਜੀ ਸ਼੍ਰੀ ਰਾਮ ਸ਼੍ਰੀ ਰਾਮ ਹਨੂੰਮਾਨ ਨੀ ਹੈਗਾ ਪਹਿਲਾਂ ਹਨੂੰਮਾਨ ਦੇ ਚਾਰ ਨਾਂ ਦੱਸ ਕੀ ਹਨੂੰਮਾਨ ਹਾਂ ਹਨੂੰਮਾਨ ਹੋ ਹਾਂ ਬਾਕੀ ਬਸ ਦੋ ਦਾ ਪਤਾ ਨਾ ਚੱਲ ਰਾਮ ਦੀ ਮੰਮੀ ਦਾ ਨਾਂ ਦੱਸ ਦੇ ਹਨੂੰਮਾਨ ਜਿਹੜਾ ਭਗਤ ਸੀ ਰਾਮ ਦੀ ਮੰਮੀ ਦਾ ਨਾਂ ਦੱਸ ਦੇ ਚੱਲ ਸੀਤਾ ਦੇ ਦੋ ਨਿਆਣਿਆਂ ਦਾ ਨਾਂ ਦੱਸ ਦੇ ਨਹੀਂ ਨਹੀਂ ਸੀਤਾ ਦੇ ਦੋ ਨਿਆਣਿਆਂ ਦੇ ਨਾਂ ਦੱਸ ਦੇ ਨਹੀਂ ਉਹ ਤੇਰਾ ਪੇ ਆ ਤੂੰ ਕਹਿੰਦਾ ਰਾਮ ਮੇਰਾ ਪੇ ਆ ਜੇ ਤੈਨੂੰ ਆਪਣੇ ਪੇ ਦੇ ਨਿਆਣਿਆਂ ਦਾ ਨੀ ਪਤਾ ਕੌਣ ਕੌਣ ਟਾਈਮ ਪਾਸ ਵੀ ਉੱਦਾਂ ਦੱਸੇ ਇਹ ਫਿਰ ਜ਼ਰੂਰ ਨਹੀਂ ਆਪ ਇੰਨਾ ਕੁਛ ਕਰਨ ਦੀ ਕੋਈ ਜ਼ਰੂਰੀ ਹੈ ਜੇ ਮੰਗਣਾ ਤਾਂ ਉੱਦਾਂ ਆ ਜਾ ਇੰਨੀ ਤੇਰੀ ਸਿਹਤ ਆ ਕੋਈ ਦਿਹਾੜੀ ਕਰ ਲਾ ਜੋਗੀ ਕਹਿੰਦਾ ਮੋਢੇ ਦਾ ਭਲਾ ਠਾਕਾ ਕਰੀ ਦਾ ਉਹ ਕਰੀ ਜਾ ਉਹ ਕਰੀ ਜਾ ਭਲਾ ਫੇ ਭਲਾ ਕਰ ਲੋਕਾਂ ਦਾ ਤੇ ਮੰਗਦਾ ਕਰ ਲੈ ਨਾਗਦੀਪ ਨਹੀਂ ਤੈਨੂੰ ਇਹ ਨਹੀਂ ਮੈਂ ਕਹਿੰਦਾ ਮੈਂ ਤੈਨੂੰ ਲੋੜੀ ਇਹ ਤੈਨੂੰ ਕਹਿੰਦਾ ਲੋੜੀ ਦੇਵਾਂਗੇ ਇਹ ਨਹੀਂ ਗੱਲ ਕਹਿੰਦਾ ਹਕੀਕਤ ਜਿਹੜੀ ਆਟਾ ਕੱਟਾ ਹੈਗਾ ਉਹਨੂੰ ਦਿਹਾੜੀ ਕਰ ਮੰਗ ਇਹ ਨਹੀਂ ਤੈਨੂੰ ਕਹਿੰਦਾ ਮੰਗਣਾ ਛੱਡੋ ਦਿਹਾੜੀ ਕਰੋ ਜਾਂ ਤੈਨੂੰ ਪਤਾ ਨੀ ਮੇਰੇ ਰਾਮ ਮੇਰੇ ਪੇ ਦੇ ਨਿਆਣਿਆਂ ਦਾ ਨਾਂ ਕੀ ਆ ਤੇ ਤੂੰ ਹਨੂੰਮਾਨ ਕਾਹਦਾ ਹੋ ਗਿਆ ਬਾਬੂ ਜੀ ਆਪਾਂ ਨਾ ਜਿੱਦਾਂ ਹੁਣ ਆਪਣੇ ਦਾਜ ਦਹੇਜ ਚੱਲਦਾ ਜਿੱਦਾਂ ਕੀ ਚੱਲਦਾ ਦਾਜ ਨਾਗ ਦਾ ਕਿਹਨੇ ਕਿਹਾ ਤੈਨੂੰ ਉਹਨੇ ਆ ਬਾਣੇ ਨੂੰ ਤੈਨੂੰ ਕਿਹਨੇ ਜੋਗੀ ਹੈ ਤਾਂ ਜੋੜੀ ਦੇ ਦੇਣਾ ਕਾਹਦਾ ਜੋਗੀ ਪਹਿਲਾਂ ਦੱਸ ਤਾ ਨਹੀਂ ਅਸੀਂ ਜੋਗੀ ਹੁੰਦੇ ਆ ਨਾਥ ਨਾਥ ਕਾਹਦਾ ਚੱਲ ਕਿੰਨੇ ਨਾਥ ਦੱਸ ਨਾਥਾਂ ਦੇ ਨਾਂ ਦੱਸ ਦੇ ਮੈਨੂੰ ਨਾਥ ਕਿੰਨੇ ਨਾਂ ਦੱਸ ਦੇ ਹੈ ਨੌਵਾਂ ਦੇ ਨਾਂ ਦੱਸ ਦੇ ਤੇ ਬਾਕੀ ਸਾਡੇ ਦਾਜ ਦੇ ਨਹੀਂ ਉਹ ਦਾਜ ਦੇ ਨਹੀਂ ਨੌ ਸੱਪ ਚੱਲਦਾ ਨੌ ਨਾਂ ਦੇ ਨਾ ਜਿਹੜੇ ਨੌ ਨਾਥ ਉਹਨਾਂ ਦੇ ਨਾਂ ਦੱਸ ਨਹੀਂ ਤਾਂ ਮੈਂ ਤੈਨੂੰ ਦੱਸ ਦਿੰਦਾ ਠੀਕ ਹੈ ਪਹਿਲਾਂ ਦੱਸ ਨੌ ਨਾਥਾਂ ਦੇ ਨਾਂ ਦੱਸ ਪਹਿਲਾਂ ਕਿਹੜੇ ਗਨਾਗਣਾ ਦਵਾਈਆਂ ਬੂਟੀਆਂ ਜਿੱਦਾਂ ਇਹ ਬੂਟੀਆਂ ਦੀ ਛੱਡ ਤੂੰ ਗੱਲ ਨੌ ਨਾਥ ਦੱਸ ਕਿਹੜੇ ਆ ਆਪਾਂ ਤਾਂ ਜੋਗੀਆਂ ਤੈਨੂੰ ਪਤਾ ਹੀ ਆ ਨਾ ਤੈਨੂੰ ਆਪਣੇ ਚਾ ਰਾਮ ਦੇ ਭਰਾ ਦਾ ਨਾਂ ਦੱਸ ਦੇ ਕੀ ਹੈ ਰਾਮ ਦੇ ਭਰਾ ਕਿੰਨੇ ਹੋਏ ਤੇਰਾ ਪੀ ਆ ਉਹਦੇ ਭਰਾਵਾਂ ਦੇ ਨਾਂ ਦੱਸ ਦੇ ਕਿੰਨੇ ਦੱਸਦਾ ਸਹੀ ਇਹ ਤਾਂ ਬਾਬੂ ਜੀ ਹੁਣ ਸਾਡੇ ਇਹ ਮੂੰਹ ਤੇਰੇ ਇੱਦਾਂ ਦੇ ਤੁਹਾਨੂੰ ਪਤਾ ਟਾਈਮ ਪਾਸ ਹੈ ਬਾਬੂ ਜੀ ਲੋਹੜੀ ਦੇ ਦੇਣਾ ਉਹਨੇ ਆ ਲੋਹੜੀ ਦੇਵਾਂਗਾ ਮੈਂ ਤੈਨੂੰ ਨਹੀਂ ਕਹਿੰਦਾ ਸਾਨੂੰ ਬਹੁਤ ਖੁਸ਼ੀ ਦੇਗਾ ਪਹਿਲੇ ਇਹ ਤਾਂ ਇੰਨੀ ਗੱਲ ਤਾਂ ਦੱਸ ਦੇ ਆਰਾਮ ਦੇ ਭਰਾਵਾਂ ਦੇ ਨਾਂ ਦੱਸ ਦੇ ਪੂਰੀ ਪੁੱਛਦੀ ਦਿਹਾੜੀ ਹੈ ਮੈਂ ਕਹਿੰਦਾ ਹੈ ਮਾਲਕ ਤੁਹਾਨੂੰ ਖੁਸ਼ ਰਹੇ ਨਹੀਂ ਨਹੀਂ ਪਹਿਲਾਂ ਤੈਨੂੰ ਆਰਾਮ ਦੇ ਭਰਾਵਾਂ ਦਾ ਨਾਂ ਵੀ ਨਾ ਬਾਬੂ ਜੀ ਮੱਥਾ ਦੀ ਫਿਰ ਰਾਮ ਰਾਮ ਸਵੇਰ ਦਾ ਕੱਲ ਕਰਦਾ ਸਵੇਰ ਦਾ ਤੇਰਾ ਰਾਮ ਰਾਮ ਕਰੀ ਜਾਣਾ ਹੈ ਜੋੜੀ ਮੰਗਦੀ ਤੇ ਆ ਹੋ ਜੋੜੀ ਮੰਗਦੀ ਤੇ ਅੱਗੇ ਤੁਹਾਨੂੰ ਪਤਾ ਸਾਹਿਬ ਜੀ ਪਾਗਲ ਨੂੰ ਹੱਥ ਮਾਰ ਕੰਮ ਕੁਮ ਕਰ ਲਓ ਅੱਛਾ ਇਹ ਬਾਬੂ ਜੀ ਸੀ ਜੋਗੀਆਂ ਕੀ ਬੇਲੜ ਬਣਾ ਫੜਿਆ ਤੁਸੀਂ ਇਹ ਬਾਬੂ ਜੀ ਹੁਣ ਜੋਗੀਆਂ ਹੁਣ ਤੁਹਾਨੂੰ ਤੁਹਾਡੇ ਵਰਗਿਆਂ ਦੇ ਘਰਾਂ ਤੋਂ ਅੱਛਾ ਤੈਨੂੰ ਰਾਮ ਦੇ ਭਰਾਵਾਂ ਦਾ ਨਾਮ ਹੀ ਨਹੀਂ ਪਤਾ ਨਹੀਂ ਬਾਬੂ ਨਾ ਰਾਮ ਦੇ ਨਿਆਣੇ ਦਾ ਨਾਮ ਪਤਾ ਨਾ ਬਾਬੂ ਰਾਮ ਦੀ ਘਰਵਾਲੀ ਦਾ ਨਾਮ ਪਤਾ ਨਹੀਂ ਬਾਬੂ ਜੀ ਇਸ ਤਾਂ ਸਾਲ ਬਾਅਦ ਦੋ ਨਿਆਣੇ ਬਾਬੂ ਜੀ ਦੇ ਨਾਮ ਦੇ ਦਾ ਮੱਥਾ ਜ਼ਿਆਦਾ ਡੁੱਬ ਗਏ ਬੀਮਾ